ਕੱਲ ਜੀ ਲੋ ਜੀ 5 ਤਰੀਕ ਵਾਲਾ ਪੇਪਰ ਹੋ ਚੁੱਕਿਆ ਤੇ ਬੱਚਿਆਂ ਦੀ ਆਡੀਓ ਤੁਸੀਂ ਸੁਣੀ ਲਈ ਪੇਪਰ ਚ ਕੀ ਮਾਹੌਲ ਹੈਗਾ ਤੇ ਬੱਚੇ ਡਰਦੇ ਸੀ ਪੇਪਰ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਵੇਗਾ ਉਹ ਸਾਰੇ ਡਾਊਟ ਤੁਹਾਡੇ ਕਲੀਅਰ ਬੱਚਿਆਂ ਨੇ ਕਰਤੇ ਆਡੀਓ ਮੈਂ ਅਪਲੋਡ ਕਰਤੀ ਆ ਤੇ ਬਸ ਹੁਣ ਤੁਸੀਂ ਬਸ ਧਿਆਨ ਹੀ ਰੱਖਣਾ ਵੀ ਰੋਟੀਆਂ ਨਾਲ ਲੈ ਕੇ ਜਾਣੀਆਂ ਲੇਟ ਫੇਟ ਕੰਮ ਹੋ ਜਾਂਦਾ ਰੋਟੀ ਪਾਣੀ ਆਪਣਾ ਨਾਲ ਰੱਖੋ ਪਹਿਲਾਂ ਖਾ ਕੇ ਚੱਲੋ ਜਿਹੜੇ ਸਵੇਰ 8 ਵਜੇ ਬਿਨਾਂ ਰੋਟੀ ਖਾਧੇ ਚਲੇ ਗਏ ਅੱਜ ਭੁੱਖੇ ਮਰ ਗਏ ਸਾਰੇ ਬੱਚੇ ਉਹ ਪਰ ਕੱਲ ਨੂੰ ਪ੍ਰੋਪਰ ਮੇਰੇ ਹਿਸਾਬ ਨਾਲ ਸਹੀ ਚੱਲੂਗਾ ਕਿਉਂਕਿ ਅੱਜ ਪਹਿਲਾ ਦਿਨ ਤਾਂ ਹਮੇਸ਼ਾ ਖਰਾਬ ਹੁੰਦਾ ਹੀ ਕਿਸੇ ਪੇਪਰ ਦੇ ਵਿੱਚ ਗਵਰਨਮੈਂਟ ਨੂੰ ਇਹ ਗੱਲ ਦਾ ਪਤਾ ਨਹੀਂ ਕੀ ਪ੍ਰੋਬਲਮ ਆ ਸਕਦੀ ਆ ਤੇ ਉਹ ਪ੍ਰੋਬਲਮ ਗਵਰਨਮੈਂਟ ਨੇ ਅੱਜ ਸੋਲਵ ਕਰ ਲਈਆਂ ਹੋਣਗੀਆਂ ਤੇ ਕੱਲ ਨੂੰ ਪ੍ਰੋਪਰ ਚੱਲ ਹੀ ਪੈਣਾ ਆ ਤੇ ਤਿਆਰੀ ਤੁਹਾਡੀ ਹੈਗੀ ਆ ਜਿਹੜੇ ਕੁਝ ਡਾਊਟ ਤੁਹਾਡੇ ਹੈਗੇ ਸੀ ਬਹੁਤ ਵੀਡੀਓ ਪਾ ਚੁੱਕੇ ਹਾਂ ਬਹੁਤ ਕਮੈਂਟਾਂ ਦੇ ਮੈਸੇਜ ਦੇ ਮੈਸੇਜ ਕਰ ਚੁੱਕੇ ਹਾਂ ਕਮੈਂਟ ਦੇ ਜਵਾਬ ਦੇ ਚੁੱਕੇ ਹਾਂ ਬਹੁਤ ਮੈਨੂੰ ਮੈਸੇਜ ਕਾਲ ਆ ਰਹੀਆਂ ਬੱਚੇ ਦੀਆਂ ਤੇ ਬਾਕੀ ਅੱਜ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਪਹਿਰੇ ਪੂਰੇ ਲਾਉਣੇ ਕਿ ਨਹੀਂ ਲਾਉਣੇ ਹੈਗੇ ਆਡੀਓ ਹੋਣੀ ਆ ਤੁਸੀਂ ਉਹਦੀ ਅਕੋਰਡਿੰਗ ਪ੍ਰੈਸ ਕਰਕੇ ਜਾਣਾ ਹੈ ਕੀਬੋਰਡ ਮਾਊਸ ਵਗੈਰਾ ਸਭ ਕੁਝ ਵਧੀਆ ਹੈਗਾ ਆ ਤੇ ਤੁਸੀਂ ਗਵਰਨਮੈਂਟ ਦੇ ਹੀ ਕੀਬੋਰਡ ਯੂਜ਼ ਕਰੋ ਜ਼ਿਆਦਾ ਬੈਟਰ ਰਹੂਗਾ ਗਵਰਨਮੈਂਟ ਨੇ ਉੱਥੇ ਤੁਹਾਡੇ ਤੋਂ ਸਾਈਨ ਕਰਵਾਉਣੇ ਆ ਕੱਲ ਦੇ ਪੇਪਰ 'ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਡੈਮੋ ਦਿੱਤੇ ਜਾ ਰਹੇ ਸਾਰੇ ਡਿਕਟੇਸ਼ਨ ਦੇ ਵੀ ਡੈਮੋ ਦਿੱਤੇ ਜਾ ਰਹੇ ਵੀ ਹਾਂ ਮੈਨੂੰ ਸੁਣਦਾ ਪਿਆ ਤੁਹਾਡੇ ਤੋਂ ਸਾਈਨ ਕਰਵਾਉਣੇ ਵੀ ਹਾਂ ਮੈਨੂੰ ਪ੍ਰੋਪਰ ਸਹੀ ਸੁਣਿਆ ਤੇ ਮੇਰਾ ਕੀਬੋਰਡ ਸਹੀ ਸੀਗਾ ਮੇਰਾ ਕੰਪਿਊਟਰ ਸਹੀ ਸੀਗਾ ਉੱਥੇ ਪ੍ਰੋਪਰ ਇੱਕ ਐਫੀਡੇਵਿਟ ਤੇ ਸਾਈਨ ਕਰਵਾ ਰਹੇ ਕੱਲ ਨੂੰ ਆਪਾਂ ਆਬਜੈਕਸ਼ਨ ਨਹੀਂ ਕਰ ਸਕਦੇ ਵੀ ਸਾਨੂੰ ਸ਼ੀਟ ਤੇ ਲਿਖਵਾਇਆ ਸਾਡੇ ਤੋਂ ਵੀ ਸ਼ੀਟ ਤੇ ਸਾਡੇ ਤੋਂ ਡਿਕਟੇਸ਼ਨ ਲਿਖਾਈ ਹੈ ਸਾਡੇ ਤੋਂ ਲਿਖੀ ਗਈ ਆ ਉਹ ਸਾਈਨ ਕਰਵਾ ਰਹੇ ਆ ਜਿਹੜੀ ਸ਼ੀਟ ਤੇ ਤੁਸੀਂ ਟੈਸਟ ਦੇ ਕੇ ਆ ਰਹੇ ਅੱਜ ਤੇ ਉੱਥੇ ਸਾਈਨ ਕਰਵਾ ਲਏ ਤੁਹਾਡੇ ਪਹਿਲਾਂ ਹੀ ਕੱਲ ਨੂੰ ਤੁਸੀਂ ਆਬਜੈਕਸ਼ਨ ਨਹੀਂ ਕਰ ਸਾਡੇ ਤੋਂ ਸ਼ੀਟ ਤੇ ਲਿਖਿਆ ਨਹੀਂ ਗਿਆ ਠੀਕ ਹੈ ਇਸ ਕਰਕੇ ਆਉਂਦਾ ਤੁਸੀਂ ਪ੍ਰੋਪਰ ਉਸੇ ਅਕੋਰਡਿੰਗ ਹੀ ਤਿਆਰੀ ਤੁਹਾਡੀ ਹੋਣੀ ਚਾਹੀਦੀ ਆ ਪੇਪਰ ਉਸੇ ਅਕੋਰਡਿੰਗ ਦੇਣਾ ਕੋਈ ਆਬਜੈਕਸ਼ਨ ਨਹੀਂ ਹੋ ਸਕਦੀ ਗਵਰਨਮੈਂਟ ਤੁਹਾਡੇ ਤੋਂ ਪਹਿਲਾਂ ਹੀ ਸਾਈਨ ਕਰਵਾ ਰਹੀ ਆ ਤੁਹਾਡੀ ਪ੍ਰੋਪਰ ਤਸੱਲੀ ਕਰਾ ਕੇ ਤੁਹਾਨੂੰ ਪ੍ਰੋਪਰ ਤੁਹਾਨੂੰ ਡੈਮੋ ਦੇ ਕੇ ਤੁਹਾਨੂੰ ਆਵਾਜ਼ ਤੁਹਾਡੇ ਤੱਕ ਪਹੁੰਚਦੀ ਪਈ ਆ ਤੁਹਾਨੂੰ ਕਲੀਅਰ ਸੁਣਦਾ ਪਿਆ ਤੁਹਾਡੇ ਕੀਬੋਰਡ ਮਾਊਸ ਸਭ ਕੁਝ ਸਹੀ ਹੈਗਾ ਤੁਹਾਡਾ ਕੰਪਿਊਟਰ ਸਹੀ ਹੈਗਾ ਪ੍ਰੋਪਰ ਤੁਸੀਂ ਆਪਣੀ ਸ਼ੀਟਾਂ ਫਿਲ ਕਰਕੇ ਆਉਣੀਆਂ ਤੁਹਾਡੇ ਤੇ ਪ੍ਰੋਪਰ ਸਾਈਨ ਕਰਕੇ ਪੂਰਾ ਖੁੱਲਾ ਟਾਈਮ ਦੇ ਰਹੇ ਆ ਕੋਈ ਡਾਊਟ ਵਾਲੀ ਗੱਲ ਨਹੀਂ ਹੈਗੀ ਪ੍ਰੋਪਰ ਸਾਰਾ ਜਿਹੜਾ ਇਨਵਾਇਰਨਮੈਂਟ ਹੈਗਾ ਪ੍ਰਸ਼ਾਸਨ ਹੈਗਾ ਤੁਹਾਡਾ ਪੂਰਾ ਸਪੋਰਟ ਕਰ ਰਿਹਾ ਤੁਹਾਨੂੰ ਸਾਰੀਆਂ ਸਟਰਕਚਰ ਪੂਰੀ ਜਿਹੜੀ ਗਾਈਡੈਂਸ ਦੇ ਰਹੇ ਆ ਪਿਛਲੇ ਪੇਪਰ ਦੇ ਵਿੱਚ ਬੱਚੇ ਆਪਦੀ ਉਮਰ ਸ਼ੀਟ ਭਰ ਕੇ ਨਹੀਂ ਆਏ ਸੀ ਪ੍ਰੋਪਰ ਤੁਸੀਂ ਉਹਦੀ ਸ਼ੀਟ ਭਰ ਕੇ ਆਉਣੀ ਹੈ ਕੱਲ ਨੂੰ ਫਿਰ ਸਰਕਾਰ ਦੇ ਮਿੰਤਾ ਕਰਾਂਗੇ ਵੀ ਸਾਡਾ ਸਹੀ ਕਰੋ ਜੀ ਇਸ ਤੋਂ ਚੰਗਾ ਵੀ ਪਹਿਲਾਂ ਹੀ ਆਪਦਾ ਸਹੀ ਕਰਕੇ ਆਓ ਇਸ ਕਰ ਤੁਹਾਨੂੰ ਖੁੱਲਾ ਟਾਈਮ ਦੇ ਰਿਹਾ ਤੁਹਾਨੂੰ ਪ੍ਰੋਪਰ ਗਾਈਡ ਕਰ ਰਿਹਾ ਕੁਝ ਤੁਹਾਨੂੰ ਨਹੀਂ ਪਤਾ ਲੱਗਦਾ ਉਸੇ ਟਾਈਮ ਤੇ ਰੁਕ ਕੇ ਉੱਥੇ ਪੁੱਛ ਸਕਦੇ ਹੋ ਤੁਸੀਂ ਡਰਨ ਦੀ ਲੋੜ ਨਹੀਂ ਹੈ ਜਿੱਥੇ ਤੁਹਾਨੂੰ ਕੋਈ ਡਾਊਟ ਹੈਗਾ ਜਾਂ ਤੁਹਾਨੂੰ ਨਹੀਂ ਸੁਣਦਾ ਪਿਆ ਤੁਹਾਡਾ ਕੀਬੋਰਡ ਖਰਾਬ ਹੋ ਰਿਹਾ ਜਾਂ ਤੁਹਾਨੂੰ ਪ੍ਰੋਬਲਮ ਆ ਰਹੀ ਲਿਖਣ ਦੇ ਵਿੱਚ ਜਾਂ ਕੋਈ ਕੋਈ ਆਪਸ਼ਨ ਤੁਹਾਨੂੰ ਜਦੋਂ ਫਿਲ ਕਰਦੇ ਆ ਉਮਰ ਸ਼ੀਟ ਤੁਹਾਨੂੰ ਨਹੀਂ ਭਰਨੀ ਆਉਂਦੀ ਤੁਸੀਂ ਗਵਰਨਮੈਂਟ ਨੂੰ ਪੁੱਛਣਾ ਆ ਬਾਅਦ 'ਚ ਮਿੰਤਾ ਕਰਨ ਨਾਲ ਵੀ ਸਾਡਾ ਸਹੀ ਗੱਲ ਤੁਹਾਡੇ ਤੋਂ ਰਹਿ ਗਿਆ ਜੀ ਅਤੇ ਉਦੋਂ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਹੁਣੇ ਉਹਦਾ ਸਹੀ ਕਰਕੇ ਪ੍ਰੋਪਰ ਸਹੀ ਕੌਨਫੀਡੈਂਸ ਨਾਲ ਪੇਪਰ ਦੇ ਕੇ ਆਉਣਾ ਠੀਕ ਹੈ ਥੈਂਕ ਯੂ।